ਕੰਗਣਾ ਦੇ ਉਸ ਬਿਆਨ ਤੋਂ ਬਾਅਦ ਕਿਸਾਨਾਂ ਦੀ ਐਜੀਟੇਸ਼ਨ ਬਾਰੇ ਜਿਹੜਾ ਉਹਨੇ ਦਿੱਤਾ ਕਿ ਉਸ ਐਜੀਟੇਸ਼ਨ ਬਲਾਤਕਾਰ ਵੀ ਮਿਲੇ, ਕੱਲ੍ਹ ਦਾ ਹਰਿਆਣੇ 'ਚ ਬਹੁਤ ਪ੍ਰਤੀਕਰਮ ਹੈ ਅਤੇ ਹਰਿਆਣੇ 'ਚ ਚੋਣਾਂ ਹੋਣੀਆਂ ਨੇ ਜੀ, ਤਰੀਕਾਂ ਐਲਾਨੀਆਂ ਜਾ ਚੁੱਕੀਆਂ ਨੇ। ਹਰਿਆਣੇ 'ਚ ਰਾਤੋਂ ਰਾਤ ਇੰਨਾ ਬੁਰਾ ਅਸਰ ਗਿਆ ਕਿਸਾਨਾਂ 'ਚ ਕਿ ਅੱਜ ਮੇਰੇ ਕੋਲ ਹਰਿਆਣੇ ਦੇ ਪੱਤਰਕਾਰਾਂ ਦੇ ਫੋਨ ਆਉਂਦੇ ਦੁਪਹਿਰੇ ਗੱਲਾਂ ਕਰਦੇ ਉੱਠੇ। ਉਹ ਕਹਿੰਦੇ ਜੀ ਲੀਡਰ ਲੁਕਦੇ ਫਿਰਦੇ ਆ ਕਿਸਾਨ, ਜੇ ਕੋਈ ਉਹਦੇ ਬਾਰੇ ਪੁੱਛੇ ਤਾਂ ਅਸੀਂ ਜਵਾਬ 'ਚ ਜਾਣਾ। ਇਹਨਾਂ ਸਾਰਿਆਂ ਨੇ ਬੌੜੀ ਬੌੜੀ ਕੀਤੀ ਹੈ ਕਿ ਅੱਗੇ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਹੁੰਦਿਆਂ ਬਿਸ਼ਨੋਈਆਂ ਬਾਰੇ ਜੋ ਕੁਝ ਆਖਿਆ ਸੀ ਉਹ ਪੁਆੜਾ ਅਜੇ ਤੱਕ ਮੇਟਣ ਵਾਸਤੇ ਅਤੇ ਨੈਬ ਸਿੰਘ ਸੈਣੀ ਉਹਨਾਂ ਦੇ ਮੰਦਰਾਂ 'ਚ ਜਾ ਰਿਹਾ ਅਤੇ ਹੁਣ ਇਸ ਬੀਬੀ ਨੇ ਜੋ ਕੁਝ ਕਹਿ ਦਿੱਤਾ, ਇਹਦੇ ਕੀਤੇ 'ਤੇ ਕਾਟਾ ਕੌਣ ਮਾਰੋ ਜੀ। ਇਸ ਕਰਕੇ ਭਾਜਪਾ ਨੂੰ ਕਹਿਣਾ ਪਿਆ ਕਿ ਇਹ ਉਹਦਾ ਨਿੱਜੀ ਬਿਆਨ ਆ, ਨਾਲ ਹੀ ਕਹਿ ਦਿੱਤਾ ਕਿ ਉਹਨੂੰ ਕਹਿ ਦਿੱਤਾ ਗਿਆ ਕਿ ਅੱਗੇ ਤਾਂ ਇਹਦੇ ਬਿਆਨ ਇੱਦਾਂ ਦੀ ਬਿਆਨਬਾਜ਼ੀ ਨਾ ਕਰੇ ਔਰ ਆਪਣੀਆਂ ਹੱਦਾਂ 'ਚ ਰਹੇ। ਪਰ ਇਹ ਗੱਲਾਂ ਪਹਿਲਾਂ ਸਮਝਾਉਣੀਆਂ ਸੀ, ਅੱਗੇ ਉਹਦੀ ਕ੍ਰੈਡੀਬਿਲਟੀ ਕੀ, ਉਹਦੇ ਕੋਲ ਕਿਹੜੇ ਸਰਟੀਫਿਕੇਟ ਸੀ ਉਹਨੂੰ ਪਾਰਲੀਮੈਂਟ ਮੈਂਬਰ ਬਣਾ, ਇੱਕੋ ਹੀ ਸੀ ਕਿ ਜੋ ਮਰਜ਼ੀ ਮੂੰਹ ਆਇਆ ਬੋਲ ਦਿੰਦੀ ਸੀ ਉਹਦੀ। ਇਸ ਗੱਲ ਤੋਂ ਕੈਸ਼ ਕੀਤਾ ਪਾਰਲੀਮੈਂਟ ਮੈਂਬਰ ਬਣਾਈ ਸੀ, ਬਣਾ ਲਓ ਹੁਣ ਉਹਦਾ ਤੁਹਾਨੂੰ ਮਿਲ ਗਿਆ ਫਲ। ਕੰਗਣਾ ਰਣੌਤ ਦਾ ਜੇਕਰ ਜ਼ਿਕਰ ਕੀਤਾ ਜਾਵੇ, ਜਿਸ ਤਰ੍ਹਾਂ ਦਾ ਬਿਆਨ ਪੰਜਾਬ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਦਿੱਤਾ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਨੇ, ਬਹੁਤ ਸਾਰੀ ਆਲੋਚਨਾ ਵੀ ਹੋਈ ਹੈ। ਅੱਜ ਭਾਰਤੀ ਜਨਤਾ ਪਾਰਟੀ ਨੇ ਬਿਆਨ ਦਿੱਤਾ, ਉਹ ਕਹਿੰਦੇ ਕਿ ਅਸੀਂ ਕਿਨਾਰਾ ਕਰਦੇ ਬਿਲਕੁਲ, ਅਤੇ ਕੰਗਣਾ ਰਣੌਤ ਨੂੰ ਆਉਣ ਵਾਲੇ ਸਮੇਂ 'ਚ ਸੋਚ ਸਮਝ ਕੇ ਬੋਲਣਾ ਚਾਹੀਦਾ। ਹਾਲਾਂਕਿ ਬਿਆਨ ਜਾਰੀ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਇਸ ਕਾਰਵਾਈ ਨੂੰ ਕਿਵੇਂ ਦੇਖਦੇ ਜੀ? ਉਹ ਬਿਆਨ ਜਾਰੀ ਕਰਨ 'ਤੇ ਪਾਬੰਦੀ ਵੀ ਲਾ ਦੇਣੀ ਅਤੇ ਉਹ ਕਦੇ ਚੁੱਪ ਰਹਿਣ ਲੱਗੀ ਜੀ। ਉੱਦਾਂ ਭਾਜਪਾ ਕਦੇ ਵੀ ਆਪਣੇ ਬੁਲਾਰਿਆਂ ਦੀ ਕਈ ਕਿਸੇ ਵੀ ਪੁੱਠੀ ਸਿੱਧੀ ਗੱਲ ਦੇ ਕਦੇ ਕੋਈ ਖੰਡਨ ਨਹੀਂ ਕਰਦੀ ਹੁੰਦੀ। ਸਾਧਵੀ ਪ੍ਰਗਿਆ ਕਿੰਨਾ ਕੁਝ ਬੋਲਦੀ ਰਹੀ ਹੈ ਜੀ, ਇਹਨਾਂ ਨੇ ਕਦੇ ਖੰਡਨ ਨਹੀਂ ਕੀਤਾ। ਜਦੋਂ ਬਹੁਤਾ ਫਸ ਜਾਂਦੇ ਸੀ ਫਿਰ ਕਹਿੰਦੇ ਸੀ ਉਹਦੀ ਨਿੱਜੀ ਰਾਏ ਆ। ਇੱਕ ਵਾਰੀ ਉਹਨੇ ਮਹਾਤਮਾ ਗਾਂਧੀ ਬਾਰੇ ਪੁੱਠਾ ਸਿੱਧਾ ਬੋਲਤਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਸੀ ਮੈਂ ਇਹਨੂੰ ਮਾਫ਼ ਨਹੀਂ ਕਰਾਂਗਾ, ਅਤੇ ਜੇ ਮਾਫ਼ ਨਹੀਂ ਕਰੂੰਗਾ ਤਾਂ ਕੀ ਕੀਤਾ ਉਹਦਾ ਵਿਗਾੜਿਆ ਕੀ ਸੀ, ਕੱਖ ਵੀ ਨਹੀਂ। ਇੱਦਾਂ ਦੀਆਂ ਗੱਲਾਂ ਅੱਗੇ ਵੀ ਕਰਦੇ ਹਨ। ਮੈਂ ਇੱਕ ਦਿਨ ਅੱਗੇ ਵੀ ਦੱਸਿਆ ਸੀ ਕਿ ਇੰਦਰਾ ਗਾਂਧੀ ਦੇ ਵਕਤ ਉਹਦਾ ਪੁੱਤਰ ਸੰਜੇ ਗਾਂਧੀ ਆਪਣੇ ਬੰਦਿਆਂ ਤੋਂ ਇਹੋ ਜਿਹੀ ਗੱਲ ਕਰਾਉਂਦਾ ਸੀ ਜੇ ਲੋਕ ਚੁੱਕ ਲੈਣ ਤਾਂ ਉਹਨੂੰ ਆਪਣੀ ਨੀਤੀ ਬਣਾ ਲੈਂਦਾ ਸੀ, ਨਾ ਚੁੱਕਣ ਤਾਂ ਕਹਿੰਦਾ ਹੁੰਦਾ ਸੀ ਉਸ ਬੰਦੇ ਦੀ ਨਿੱਜੀ ਰਾਏ, ਅਸੀਂ ਉਹਦੇ ਨਾਲ ਸਹਿਮਤ ਨਹੀਂ। ਉਹਦੀ ਇਸ ਤਰ੍ਹਾਂ ਦੀ ਹਰਕਤ ਨੂੰ ਕਹਿੰਦੇ ਹੁੰਦੇ ਸੀ ਫੀਲਰ, ਯਾਨੀ ਸੁੱਟ ਕੇ ਇੱਕ ਐਵੇਂ ਬਿਆਨ ਜਿਹਾ ਦਿਆ ਕੇ ਅਤੇ ਲੋਕਾਂ ਦੀ ਭਾਵਨਾ ਫੀਲ ਕਰਨ ਦਾ ਯਤਨ ਕੀਤਾ ਗਿਆ। ਪ੍ਰਗਿਆ ਠਾਕੁਰ ਜਾਂ ਕੰਗਣਾ ਰਣੌਤ ਹੋਵੇ, ਇਹ ਸਾਰੇ ਭਾਜਪਾ ਦੇ ਫੀਲਰ ਨੇ, ਇਹਨਾਂ ਤੋਂ ਬਿਆਨ ਦਵਾਉਂਦੇ ਨੇ ਜਾਂ ਇਹਨਾਂ ਨੂੰ ਕਹਿੰਦੇ ਜੋ ਮਰਜ਼ੀ ਬੋਲਦੇ ਵੇਖਾਂਗੇ, ਜੇ ਲੋਕਾਂ ਚੱਲ ਲਿਆ ਠੀਕ ਹੈ, ਨਹੀਂ ਤਾਂ ਅਸੀਂ ਕਹਿ ਦਿਆਂਗੇ ਤੇਰਾ ਨਿੱਜੀ ਬਿਆਨ। ਹੁਣ ਉਹਨੂੰ ਕਹਿਤਾ ਤੇਰਾ ਨਿੱਜੀ ਬਿਆਨ, ਇਹਦਾ ਤਾਂ ਨਿੱਜੀ ਬਿਆਨ ਹੈ। ਜੋ ਕੁਝ ਇਹਨੇ ਆਖਿਆ ਨੇ ਆਖਿਆ ਬੰਗਲਾਦੇਸ਼ ਬਣ ਜੂ। ਜਦੋਂ ਕਿਸਾਨਾਂ ਦੀ ਐਜੀਟੇਸ਼ਨ ਚੱਲਦੀ ਸੀ, ਇਹਨਾਂ ਦੇ ਇੱਕ ਕੇਂਦਰੀ ਮੰਤਰੀ ਨੇ ਜਿਹੜਾ ਮਹਾਰਾਸ਼ਟਰ ਤੋਂ ਆਇਆ ਸੀ, ਉਹਨੇ ਕਿਸਾਨਾਂ ਨੂੰ ਪਾਕਿਸਤਾਨ ਦੇ ਅਤੇ ISI ਦੇ ਏਜੰਟ ਕਹਿ ਦਿੱਤਾ ਸੀ। ਉਹਦਾ ਖੰਡਨ ਤਾਂ ਅੱਜ ਤੱਕ ਭਾਜਪਾ ਨੇ ਨਹੀਂ ਕੀਤਾ ਜੀ, ਉਹਨੇ ਕਿਉਂ ਕਹਿ ਦਿੱਤਾ ਸੀ, ਐਡਾ ਮੂੰਹ ਪਾੜ ਕੇ ਬੋਲ ਗਿਆ ਸੀ। ਇਹਨਾਂ ਦੀ ਇੱਕ ਪਾਰਲੀਮੈਂਟ ਮੈਂਬਰ ਬੀਬੀ ਨੇ, ਜ਼ਿੰਮੇਵਾਰ ਬੁਲਾਰਾ ਪਾਰਟੀ ਦੀ, ਉਹਨੇ ਇਹਨਾਂ ਨੂੰ ਮਵਾਲੀ ਕਹਿ ਦਿੱਤਾ ਸੀ ਕਿਸਾਨਾਂ ਨੂੰ, ਉਹਦੇ ਕਰਨ ਰੋਕਿਆ ਗਿਆ। ਕੀ ਕੁਛ ਨਹੀਂ ਇਹਨਾਂ ਬਾਰੇ ਕਿਹਾ ਗਿਆ, ਸਭ ਕੁਝ ਪੁੱਠਾ ਸਿੱਧਾ ਕਹਿੰਦੇ ਸੀ। ਜਦੋਂ ਹੁਣ ਕਹਾਣੀ ਵਿਗੜਦੀ ਜਾਪੀ ਆ ਅਤੇ ਇੱਥੇ ਪੰਜਾਬ 'ਚੋਂ ਨਹੀਂ ਜਾਪੀ, ਪੰਜਾਬ ਵਿੱਚ ਵਿਰੋਧ ਹੁੰਦਾ ਤਾਂ ਕੀ ਪਰਵਾਹ ਕਰਦੇ, ਅੱਗੇ ਕਿਹੜੀ ਪਰਵਾਹ ਕਰਦੇ ਹੁੰਦੇ ਜੀ। ਜੇ ਪਰਵਾਹ ਕਰਦੇ ਹੁੰਦੇ ਤਾਂ 1984 'ਚ ਅੰਮ੍ਰਿਤਸਰ ਦੇ ਸਟੇਸ਼ਨ 'ਤੇ ਲੱਗਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਚੌਥੇ ਗੁਰੂ ਸਾਹਿਬ ਦੀ ਤਸਵੀਰ ਨਾਲ ਜੋ ਕੁਛ ਹੋਇਆ ਸੀ ਕਰਨਾ ਹੀ ਕਦੇ ਨਹੀਂ ਸੀ, ਇਹਦੀ ਪਰਵਾਹ ਨਹੀਂ ਕਰਦੇ। ਕੰਗਣਾ ਦੇ ਉਸ ਬਿਆਨ ਤੋਂ ਬਾਅਦ ਕਿਸਾਨਾਂ ਦੀ ਐਜੀਟੇਸ਼ਨ ਬਾਰੇ ਜਿਹੜਾ ਉਹਨੇ ਦਿੱਤਾ ਕਿ ਉਸ ਐਜੀਟੇਸ਼ਨ ਬਲਾਤਕਾਰ ਵੀ ਮਿਲੇ, ਕੱਲ੍ਹ ਦਾ ਹਰਿਆਣੇ 'ਚ ਬਹੁਤ ਪ੍ਰਤੀਕਰਮ ਹੋਇਆ ਅਤੇ ਹਰਿਆਣੇ 'ਚ ਚੋਣਾਂ ਹੋਣੀਆਂ ਨੇ ਜੀ, ਤਰੀਕਾਂ ਐਲਾਨੀਆਂ ਜਾ ਚੁੱਕੀਆਂ ਨੇ। ਹਰਿਆਣੇ 'ਚ ਰਾਤੋਂ ਰਾਤ ਇੰਨਾ ਬੁਰਾ ਅਸਰ ਗਿਆ ਕਿਸਾਨਾਂ 'ਚ ਕਿ ਅੱਜ ਮੇਰੇ ਕੋਲ ਹਰਿਆਣੇ ਦੇ ਪੱਤਰਕਾਰਾਂ ਦੇ ਫੋਨ ਆਉਂਦੇ ਦੁਪਹਿਰੇ ਗੱਲਾਂ ਕਰਦੇ ਉੱਠੇ। ਉਹ ਕਹਿੰਦੇ ਜੀ ਲੀਡਰ ਲੁਕਦੇ ਫਿਰਦੇ ਆ ਕਿਸਾਨ, ਜੇ ਕੋਈ ਉਹਦੇ ਬਾਰੇ ਪੁੱਛੇ ਤਾਂ ਅਸੀਂ ਜਵਾਬ ਕੀ ਦੇਣਾ।
ਇਹਨਾਂ ਸਾਰਿਆਂ ਨੇ ਬੜੀ ਬੜੀ ਕੀਤੀ ਹੈ ਕਿ ਅੱਗੇ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਹੁੰਦਿਆਂ ਬਿਸ਼ਨੋਈਆਂ ਬਾਰੇ ਜੋ ਕੁਝ ਆਖਿਆ ਸੀ ਉਹ ਪੁਆੜਾ ਅਜੇ ਤੱਕ ਮੇਟਣ ਵਾਸਤੇ ਅਤੇ ਨੈਬ ਸਿੰਘ ਸੈਣੀ ਉਹਨਾਂ ਦੇ ਮੰਦਰਾਂ 'ਚ ਜਾ ਰਿਹਾ ਅਤੇ ਹੁਣ ਇਸ ਬੀਬੀ ਨੇ ਜੋ ਕੁਝ ਕਹਿ ਦਿੱਤਾ ਇਹਦੇ ਕੀਤੇ 'ਤੇ ਕਾਟਾ ਕੌਣ ਮਾਰੂ ਜੀ। ਇਸ ਕਰਕੇ ਭਾਜਪਾ ਨੂੰ ਕਹਿਣਾ ਪਿਆ ਕਿ ਇਹ ਉਹਦਾ ਨਿੱਜੀ ਬਿਆਨ ਆ, ਨਾਲ ਹੀ ਕਹਿ ਦਿੱਤਾ ਕਿ ਉਹਨੂੰ ਕਹਿ ਦਿੱਤਾ ਕਿ ਅੱਗੇ ਅੱਗੇ ਤਾਂ ਇੱਦਾਂ ਦੀ ਬਿਆਨਬਾਜ਼ੀ ਨਾ ਕਰੇ ਔਰ ਆਪਣੀਆਂ ਹੱਦਾਂ 'ਚ ਰਹੇ। ਪਰ ਇਹ ਗੱਲਾਂ ਪਹਿਲਾਂ ਸਮਝਾਉਣੀਆਂ ਸੀ। ਅੱਗੇ ਉਹਦੀ ਕ੍ਰੈਡੀਬਿਲਟੀ ਕੀ, ਉਹਦੇ ਕੋਲ ਕਿਹੜੇ ਸਰਟੀਫਿਕੇਟ ਸੀ ਉਹਨੂੰ ਪਾਰਲੀਮੈਂਟ ਮੈਂਬਰ ਬਣਾ? ਇੱਕੋ ਹੀ ਸੀ ਕਿ ਜੋ ਮਰਜ਼ੀ ਮੂੰਹ ਆਇਆ ਬੋਲ ਦਿੰਦੀ ਸੀ ਉਹਦੀ। ਇਸ ਗੱਲ ਤੋਂ ਕੈਸ਼ ਕੀਤਾ ਪਾਰਲੀਮੈਂਟ ਮੈਂਬਰ ਬਣਾਈ ਸੀ, ਬਣਾ ਲਓ ਹੁਣ ਉਹਦਾ ਤੁਹਾਨੂੰ ਮਿਲ ਗਿਆ ਫਲ।